ਗੁਲਾਬੀ ਗੈਂਗ ਜਿਹੜਾ ਬਣਾਉਣਾ, ਜਿਹੜਾ ਕਿ ਤੁਹਾਡੇ ਅੰਦਰੋਂ ਕਮਜ਼ੋਰੀ ਨੂੰ ਬਿਲਕੁਲ ਬੰਦ ਕਰ ਦੇਗਾ, ਖਤਮ ਕਰ ਦੇਗਾ ਕਮਜ਼ੋਰੀ ਤੁਹਾਡੀ, ਉਹਨੂੰ ਬਣਾਉਣ ਦਾ ਨੁਸਖਾ ਇੱਦਾਂ ਹੈ ਕੁਛ ਵੀ। ਪਹਿਲਾਂ ਜਿਹੜੇ ਫੁੱਲ ਨੇ ਉਹਨੂੰ ਤੋੜ ਲੈਣਾ, ਉਹਨਾਂ ਦੀਆਂ ਪੱਖਣੀਆਂ ਤੋੜ ਕੇ ਰੱਖ ਲੈਣੀਆਂ। ਸ਼ਿਕਾਰ ਕਰਦਾ ਕਮਜ਼ੋਰੀ ਦਾ? ਬਿਲਕੁਲ ਜੀ ਬਿਲਕੁਲ, ਸ਼ਿਕਾਰ ਇੱਦਾਂ ਕਰਦਾ, ਲੱਭ ਲੱਭ ਕੇ ਵੀ ਕੋਈ ਜਿਹੜਾ ਨੁੱਕਰ ਨੱਕਰ 'ਚ ਫਸਿਆ ਫਸਿਆ ਹੁੰਦਾ ਉਹ ਵੀ ਕੱਢ ਕੇ ਮਾਰਦੇ ਨੇ। ਇਹ ਜਿਹੜੀ ਚੀਜ਼ਾਂ ਨੇ ਨਾ, ਇਹ ਬੜੀਆਂ ਕੀਮਤੀ ਚੀਜ਼ਾਂ ਨੇ, ਬਟ ਅਸੀਂ ਹੌਲੀ ਹੌਲੀ ਆਪਣੀ ਨੇਚਰ ਤੋਂ ਟੁੱਟੀ ਜਾਂਦੇ ਹਾਂ। ਸਾਡੇ ਅੰਦਰ ਇਰੈਕਸ਼ਨ ਨਹੀਂ ਆਉਂਦਾ, ਜਿਹੜਾ ਅੰਦਰ ਹਾਰਡਨੈਸ ਨਹੀਂ ਆਉਂਦੀ, ਜਿਹੜੀ ਅੰਦਰ ਤਾਕਤ ਨਹੀਂ ਬਣਦੀ, ਜਿਹਦੇ ਕਰਕੇ ਤੁਸੀਂ ਆਪਣੇ ਪਾਰਟਨਰ ਮੂਹਰੇ ਵਾਰ ਵਾਰ ਹਰ ਰਾਤ ਸ਼ਰਮਿੰਦੇ ਹੁੰਦੇ ਹੋ, ਜਿਹੜਾ ਕਿ ਤੁਹਾਡੀ ਕਮਜ਼ੋਰੀ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਗਾ। ਤੁਹਾਡਾ ਪੇਟ ਬਿਲਕੁਲ ਸਮਝ ਲਓ ਵੀ ਲੱਕੜ ਵਰਗਾ ਜਾਂ ਲੋਹੇ ਵਰਗਾ ਹੋਇਆ ਪਿਆ, ਵੀ ਹੱਥ ਲਾਉਂਦੇ ਅਤੇ ਉਹ ਹੱਥ ਨਾ ਲਾਏ ਮੈਨੂੰ ਉਸ ਹਿਸਾਬੇ, ਅਤੇ ਫਿਰ ਸਮਝੋ ਵੀ ਤੁਹਾਨੂੰ ਕਮਜ਼ੋਰੀ ਦੀ ਕਿਤੇ ਨਾ ਕਿਤੇ ਸਟਾਰਟਿੰਗ ਹੋ ਗਈ ਹੈ। ਤੁਹਾਡੇ ਅੰਦਰ ਐਸਿਡ ਦੀ ਜਿਹੜੀ ਮਕਦਾਰ ਹੈ ਉਹ ਲੋੜ ਤੋਂ ਵੱਧ ਵੱਧ ਗਈ ਹੈ। ਤੁਹਾਡੇ ਸਰੀਰ ਦੇ ਵਿੱਚ ਇੰਨੀ ਜਾਨ, ਇੰਨੀ ਤਾਕਤ, ਤੁਹਾਡੇ ਮਸਲ ਇੰਨੇ ਵਧੀਆ ਹੋ ਜਾਣਗੇ, ਹਾਰਡਨੈਸ ਪੂਰੀ, ਜਿਹੜਾ ਸਮੇਂ ਦੀ ਘਾਟ ਆਉਂਦੀ ਹੈ, ਟੈਸਟੋਸਟੇਰੋਨ ਦੀ ਕਮੀ ਆਉਂਦੀ ਹੈ, ਬਲੱਡ ਨਹੀਂ ਪੂਰਾ ਪਹੁੰਚਦਾ ਪ੍ਰਾਈਵੇਟ ਪਾਰਟ ਦੇ ਵਿੱਚ, ਹਰ ਚੀਜ਼ ਤੁਸੀਂ ਕਹੋਗੇ ਵੀ ਸਵਾਦ ਆ ਗਿਆ ਫਾਰਮੂਲਾ ਵਰਤ ਕੇ। ਜਦੋਂ ਆਪਾਂ ਗੁਲਾਬ ਦਾ ਫੁੱਲ ਨੂੰ ਸੁੰਘਦੇ ਹਾਂ ਨਾ, ਜਦੋਂ ਇਹਦੀ ਫਰੈਗਰੈਂਸ ਸਾਡੇ ਅੰਦਰ ਜਾਂਦੀ ਹੈ, ਤਾਂ ਸਾਡੇ ਅੰਦਰ ਹੈਪੀ ਹਾਰਮੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਇਹ ਸਾਡੇ ਜਿਹੜੇ ਸਟ੍ਰੈੱਸ ਹਾਰਮੋਨ ਨੇ, ਜਿਹੜੇ ਅੰਦਰ ਸਾਨੂੰ ਸਟ੍ਰੈੱਸ ਪੈਦਾ ਕਰਦੇ ਨੇ, ਐਂਗਜ਼ਾਇਟੀ ਪੈਦਾ ਕਰਦੇ ਨੇ, ਉਹ ਜਿਹੜੇ ਹਾਰਮੋਨ ਨੇ ਉਹਨਾਂ ਨੂੰ ਘਟਾਉਂਦਾ। ਇਹ ਨੁਸਖਾ ਕੀ ਰੱਖਿਆ ਜੀ ਤੁਸੀਂ ਇੱਥੇ? ਗੁਲਾਬ ਦੀਆਂ ਪੰਖੜੀਆਂ ਰੱਖੀਆਂ ਨੇ, ਇਹ ਲੂਣ ਹੈ ਜੀ, ਕੀ ਹੈ? ਅਤੇ ਆਹ ਸ਼ਹਿਦ ਹੋ ਗਿਆ ਜੀ, ਅਤੇ ਇਹ ਕੀ ਚੀਜ਼ ਰੱਖੀ ਹੈ ਜੀ ਤੁਸੀਂ ਮੰਗਾ? ਜਦੋਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਅਪ ਕਰੋਗੇ, ਜਿਹੜੇ ਫੁੱਲ ਨੇ ਉਹਨਾਂ ਨੇ ਆਪਣਾ ਪਾਣੀ ਛੱਡਣਾ, ਪਾਣੀ ਛੱਡ ਕੇ ਚਟਨੀ ਟਾਈਪ ਚੀਜ਼ ਬਣ ਜਾਏਗੀ। ਮੈਂ ਤੁਹਾਨੂੰ ਤਾਂ ਹੀ ਇਹ ਕਿਹਾ ਸੀਗਾ ਵੀ ਇਹ ਗੁਲਾਬੀ ਗੈਂਗ ਹੈ, ਗੁਲਕੰਦ ਅਤੇ ਇਹ ਚੀਜ਼ ਦੋਨੋਂ ਚੀਜ਼ਾਂ ਇੰਟਾਇਰਲੀ ਡਿਫਰੈਂਟ ਨੇ, ਕਿਉਂਕਿ ਇਹਨੇ ਤੁਹਾਡੀ ਕਮਜ਼ੋਰੀ ਵਾਲੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ। ਮੇਨ ਦਾ ਕੰਮ ਹੈ ਵੀ ਤਾਕਤ ਲਈ, ਤਾਕਤ ਇੰਨੀ ਜ਼ਿਆਦਾ ਸਰੀਰ ਦੇ ਵਿੱਚ ਆਏਗੀ, ਇੰਨੀ ਐਨਰਜੀ ਆਏਗੀ, ਤੁਸੀਂ ਆਪ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਇਹ ਸਰੀਰ ਮੇਰਾ ਹੀ ਹੈ, ਇੰਨੀ ਤਾਕਤ ਇੰਨੀ ਐਨਰਜੀ ਤਾਂ ਮੇਰੇ ਵਿੱਚ ਪਹਿਲਾਂ ਕਦੇ ਵੀ ਨਹੀਂ ਸੀ ਆਈ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਤੁਸੀਂ ਸੋਚ ਰਹੇ ਹੋਵੋਗੇ ਕਿ ਮੇਰੇ ਹੱਥ ਦੇ ਵਿੱਚ ਅੱਜ ਇਹ ਗੁਲਾਬ ਦਾ ਫੁੱਲ ਕਿਉਂ ਹੈ, ਇਹ ਬੜਾ ਖਾਸ ਹੈਗਾ। ਇਸ ਫੁੱਲ ਨੂੰ ਅਮੈਰੀਕਾ ਤੋਂ ਜਿਹੜੇ ਅਸੀਂ ਕਹਿ ਲਈਏ ਕਿ ਇੱਕ ਜਿਹੜੇ ਸਾਡੇ ਦਰਸ਼ਕ ਹੈਗੇ ਨੇ ਮਿਸਟਰ ਗੁਰਜੰਟ ਸਿੰਘ, ਉਹਨਾਂ ਨੇ ਵਾਸ਼ਿੰਗਟਨ ਤੋਂ ਭੇਜਿਆ ਹੈ, ਔਰ ਉਹਨਾਂ ਨੇ ਖਾਸ ਕਰਕੇ ਉਹ ਆਪਣੇ ਆਪ ਨੂੰ ਮੰਨਦੇ ਨੇ ਕਿ ਉਹ ਜਵਾਨ, ਅਸੀਂ ਕਹਿ ਲਈਏ ਕਿ ਬਜ਼ੁਰਗ ਨੇ, 70 ਸਾਲ ਉਹਨਾਂ ਦੀ ਉਮਰ ਹੈ, ਪਰ ਉਹਨਾਂ ਨੇ ਇੱਕ ਨੁਸਖਾ ਹੈਗਾ, ਪਿਛਲਾ ਨੁਸਖਾ ਜਿਹੜਾ ਚੰਗਿਆੜੀ ਵਾਲਾ ਨੁਸਖਾ ਵੈਜੀ ਦਾ ਦੇਖਿਆ, ਵੀਡੀਓ ਦੇਖੀ, ਅਤੇ ਜਦੋਂ ਉਹਨਾਂ ਨੇ ਅਪਲਾਈ ਕੀਤਾ ਤਾਂ ਉਹਨਾਂ ਦਾ ਕਹਿਣਾ ਕਿ ਮੇਰੀ ਜ਼ਿੰਦਗੀ ਬਦਲ ਗਈ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅਰਜ਼ ਕੀਤੀ, ਬੇਨਤੀ ਕੀਤੀ ਕਿ ਸਾਡੇ ਵੱਲੋਂ ਇਹ ਗੁਲਾਬ ਦਾ ਫੁੱਲ ਮੁਹੱਬਤ ਦਾ ਜਿਹੜਾ ਪ੍ਰਤੀਕ ਹੈਗਾ, ਸਤਿਕਾਰ ਦਾ ਜਿਹੜਾ ਪ੍ਰਤੀਕ ਹੈਗਾ, ਇਹ ਗੋਰਿਆਂ ਦੇ ਵੈਦ ਹਰਸ਼ਵੀਰ ਜੀ ਉਹਨਾਂ ਨੂੰ ਜ਼ਰੂਰ ਭੇਂਟ ਕਰਿਓ। ਸੋ ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਅਤੇ ਅੱਜ ਗੁਲਾਬ ਦੇ ਫੁੱਲ ਦੇ ਨਾਲ। ਥੈਂਕ ਯੂ ਜੀ ਗੁਰਜੰਟ ਸਿੰਘ ਜੀ, ਜੇ ਤੁਸੀਂ ਮੈਨੂੰ ਸੁਣ ਰਹੇ ਹੋ ਜਾਂ ਦੇਖ ਰਹੇ ਹੋ, ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ
ਅਤੇ ਤੁਹਾਡਾ ਜਿਹੜਾ ਪਿਆਰ ਭਰਿਆ ਫੁੱਲ ਇਹ ਮੈਂ ਬਹੁਤ ਸਤਿਕਾਰ ਨਾਲ ਆਪਣੇ ਕੋਲ ਰੱਖਾਂਗਾ। ਬਟ ਇਹ ਤੁਹਾਨੂੰ ਇਹ ਗੱਲ ਦੱਸਾਂ, ਇਹ ਜਿਹੜਾ ਫੁੱਲ ਹੈ ਨਾ ਇਹ ਫੁੱਲ ਜੈਨੈਟਿਕਲੀ ਮੋਡੀਫਾਈਡ ਹੈ। ਮਤਲਬ ਜੀ ਇਹਨੂੰ ਆਪਾਂ ਆਸਾਨ ਭਾਸ਼ਾ 'ਚ ਸ਼ੋਰਟ ਦੇ ਵਿੱਚ ਕਹਿ ਦਿੰਦੇ ਹਾਂ ਵੀ ਜੀ ਐੱਮ ਏ। ਅੱਛਾ, ਜੀ ਐੱਮ ਮੀਨਸ ਜੈਨੈਟਿਕਲੀ ਮੋਡੀਫਾਈਡ, ਮਤਲਬ ਇਹ ਜਿਹੜੇ ਫੁੱਲ ਨੇ ਇਹ ਫੁੱਲ ਦੇਖਣ ਨੂੰ ਅਸਲੀ ਨੇ, ਬਟ ਜੋ ਇਹਦੀ ਮੋਡੀਫਿਕੇਸ਼ਨ ਕਰਕੇ ਇਹਨੂੰ ਖੂਬਸੂਰਤ ਲੁੱਕ ਦਿੱਤੀ ਗਈ ਹੈ। ਬਟ ਜਿਹੜਾ ਇਹਦੇ ਵਿੱਚ ਪਰਮਾਤਮਾ ਨੇ ਜੋ ਇਹਦਾ ਅਸਰ ਬਣਾਇਆ ਸੀਗਾ, ਇਹ ਉਹ ਜਿਹੜਾ ਅਸਰ ਹੈ ਉਹਦੇ 'ਤੇ ਪੂਰਾ ਨਹੀਂ ਉਤਰਦਾ। ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਉਂਦਾ ਵਾਂ ਮੈਂ ਕੀ ਕਹਿਣਾ ਚਾਹੁੰਦਾ। ਜਿੱਦਾਂ ਇੱਕ ਫਾਰਮੀ ਕੁੱਕੜ ਹੈ ਅਤੇ ਦੇਸੀ ਕੁੱਕੜ ਹੈ, ਹੁਣ ਤੁਸੀਂ ਦੇਸੀ ਕੁੱਕੜ ਨਾਲ ਜੇ ਫਾਰਮੀ ਕੁੱਕੜ ਦੀ ਆਪਸ 'ਚ ਫਾਈਟ ਕਰਾ ਦਿਉ ਅਤੇ ਪਿੱਛੋਂ ਕੌਣ ਜਿੱਤੇਗਾ ਜਾਂ ਕੌਣ ਜ਼ਿਆਦਾ ਤਾਕਤਵਰ ਹੈ, ਉਹ ਹਰ ਕਿਸੇ ਨੂੰ ਦੇਖਣ ਵਾਲੇ ਨੂੰ, ਮੇਰੇ ਵੀਰ ਬਹੁਤ ਸਿਆਣੇ ਨੇ, ਉਹਨਾਂ ਨੂੰ ਪਤਾ। ਜਾਂ ਆਪਾਂ ਕਹਿ ਲਈਏ ਵੀ ਜਿਹੜਾ ਇੱਕ ਫਾਰਮੀ ਅੰਡਾ ਜਿਹੜਾ ਚਿੱਟਾ ਅੰਡਾ ਹੁੰਦਾ ਅਤੇ ਇੱਕ ਭੂਰੇ ਰੰਗ ਦਾ ਜਿਹੜਾ ਦੇਸੀ ਅੰਡਾ ਹੁੰਦਾ, ਉਹਨਾਂ 'ਚ ਜ਼ਿਆਦਾ ਵਧੀਆ ਅੰਡਾ ਕਿਹੜਾ ਹੁੰਦਾ ਉਹ ਤੁਹਾਨੂੰ ਪਤਾ ਲੱਗ ਗਿਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਜਿਹੜਾ ਇਹ ਫੁੱਲ ਹੈ ਇਹ ਬਹੁਤ ਗੁੱਡ ਲੁਕਿੰਗ ਹੈ, ਬਹੁਤ ਪਿਆਰਾ ਹੈ, ਜੇ ਅਸੀਂ ਇਹਦੀ ਫੋਟੋਗ੍ਰਾਫ ਖਿੱਚਾਂਗੇ ਤਾਂ ਬਹੁਤ ਵਧੀਆ ਆਏਗੀ। ਬਟ ਜੋ ਨੇਚਰ ਨੇ ਇਹਦੇ ਵਿੱਚ ਗੁਣ ਪਾਏ ਸੀਗੇ, ਉਹ ਨੇਚਰ ਵਾਲੇ ਜਿਹੜੇ ਗੁਣ ਨੇ ਉਹ ਨਿਕਲ ਗਏ ਨੇ। ਇੱਕ ਫੁੱਲ ਮੇਰੇ ਕੋਲ ਵੀ ਇੱਥੇ ਪਿਆ, ਆਹ ਫੁੱਲ ਹੈ ਜੀ, ਇਹ ਦੇਸੀ ਫੁੱਲ ਹੈ। ਗੁਰਜੰਟ ਸਿੰਘ ਜੀ ਹੋਰਾਂ ਨੂੰ ਵਾਪਸ ਕਰਨਾ, ਇਹ ਗੁਰਜੰਟ ਸਿੰਘ ਹੋਰਾਂ ਨੂੰ ਦੱਸਣਾ। ਅਤੇ ਇੱਕ ਚੀਜ਼ ਇੱਦਾਂ ਤੁਸੀਂ ਕਰਨੀ ਹੈ ਫਰੂਕੀ ਸਾਹਿਬ, ਆ ਦੋਨੋਂ ਫੁੱਲਾਂ ਦੀ ਤੁਸੀਂ ਮਹਿਕ ਲੈ ਕੇ ਦੇਖੋ ਅਤੇ ਮੈਨੂੰ ਇਹ ਦੱਸੋ ਵੀ ਦੋਨਾਂ 'ਚ ਜ਼ਿਆਦਾ ਮਹਿਕ ਕਿਹਦੀ ਜ਼ਿਆਦਾ ਵਧੀਆ ਆ ਰਹੀ ਹੈ। ਦੇਸੀ ਗੁਲਾਬ ਦਾ ਤੇ ਜਿਹੜਾ ਆਹ ਫਾਰਮੀ ਗੁਲਾਬ ਇਹਦਾ ਜਿਹੜਾ ਜੈਨੈਟਿਕਲੀ ਮੋਡੀਫਾਈਡ ਹੁੰਦਾ। ਹੁਣ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ, ਜੇ ਤੁਸੀਂ ਗੁਲਾਬੀ ਦਾ ਜ਼ਿਕਰ ਕੀਤਾ ਤੇ ਮੈਂ ਤੁਹਾਨੂੰ ਗੁਲਾਬੀ ਗੈਂਗ ਬਾਰੇ ਦੱਸਣ ਜਾ ਰਿਹਾ। ਗੁਲਾਬੀ ਗੈਂਗ, ਗੁਲਾਬੀ ਗੈਂਗ, ਪੱਗ ਵੀ ਅੱਜ ਗੁਲਾਬੀ ਬੰਨੀ ਹੈ। ਹਾਂਜੀ ਹਾਂਜੀ, ਗੁਲਾਬੀ ਪੱਗ ਤਾਂ ਬੰਨੀ ਹੈ ਵੀ ਦੱਸਣ ਲਈ ਬੰਨੀ ਹੈ ਵੀ ਆਹ ਜਿਹੜੀ ਚੀਜ਼ ਹੈ ਨਾ ਨੇਚਰ ਵੱਲੋਂ ਸਾਨੂੰ ਬਹੁਤ ਇੱਕ ਅਨਮੋਲ ਤੋਹਫਾ ਮਿਲਿਆ। ਤੋਹਫਾ ਇੱਦਾਂ ਦਾ ਵੀ ਜਿਹੜਾ ਤੁਹਾਡੀ ਕਮਜ਼ੋਰੀ ਦੇ ਕਣ ਕਣ ਨੂੰ ਖਤਮ ਕਰ ਦੇਗਾ, ਜਿਹੜਾ ਤੁਹਾਡੇ ਅੰਦਰ ਇਰੈਕਸ਼ਨ ਨਹੀਂ ਆਉਂਦਾ, ਜਿਹੜਾ ਅੰਦਰ ਹਾਰਡਨੈਸ ਨਹੀਂ ਆਉਂਦੀ, ਜਿਹੜੀ ਅੰਦਰ ਤਾਕਤ ਨਹੀਂ ਬਣਦੀ, ਜਿਹਦੇ ਕਰਕੇ ਤੁਸੀਂ ਆਪਣੇ ਪਾਰਟਨਰ ਮੂਹਰੇ ਵਾਰ ਵਾਰ ਹਰ ਰਾਤ ਸ਼ਰਮਿੰਦੇ ਹੁੰਦੇ ਹੋ, ਤੁਸੀਂ ਮਾੜੀ ਮੋਟੀ ਚੀਜ਼ ਨਾ ਸਮਝੋ ਫਰੂਕੀ ਸਾਹਿਬ। ਹਾਂ, ਇਹਦੇ ਨਾਲ ਆਪਾਂ ਤੁਹਾਨੂੰ ਦੋ ਤਿੰਨ ਚੀਜ਼ਾਂ ਕੰਬੀਨੇਸ਼ਨ ਦੱਸਾਂਗੇ ਅੱਜ ਦੇ ਨੁਸਖੇ ਦੇ ਵਿੱਚ, ਜਿਹੜਾ ਕਿ ਤੁਹਾਡੀ ਕਮਜ਼ੋਰੀ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਗਾ। ਤੁਹਾਡੇ ਸਰੀਰ ਦੇ ਵਿੱਚ ਇੰਨੀ ਜਾਨ, ਇੰਨੀ ਤਾਕਤ, ਤੁਹਾਡੇ ਮਸਲ ਇੰਨੇ ਵਧੀਆ ਹੋ ਜਾਣਗੇ, ਹਾਰਡਨੈਸ ਪੂਰੀ, ਜਿਹੜਾ ਸਮੇਂ ਦੀ ਘਾਟ ਆਉਂਦੀ ਹੈ, ਟੈਸਟੋਸਟੇਰੋਨ ਦੀ ਕਮੀ ਆਉਂਦੀ ਹੈ, ਬਲੱਡ ਨਹੀਂ ਪੂਰਾ ਪਹੁੰਚਦਾ ਪ੍ਰਾਈਵੇਟ ਪਾਰਟ ਦੇ ਵਿੱਚ, ਹਰ ਚੀਜ਼ ਤੁਸੀਂ ਕਹੋਗੇ ਵੀ ਸਵਾਦ ਆ ਗਿਆ ਫਾਰਮੂਲਾ ਵਰਤ ਕੇ। ਜੀ ਜੀ ਜੀ, ਅੱਛਾ ਇਹ ਤਾਂ ਗੁਲਾਬ ਦਾ ਵੀ ਹੁਣ ਤੁਸੀਂ ਫਾਰਮੂਲਾ ਬਣਾ ਕੇ ਰੱਖਿਆ ਹੋਇਆ ਕੋਈ? ਜੀ ਬਿਲਕੁਲ ਜੀ, ਹਰ ਚੀਜ਼ ਦਾ ਫਾਰਮੂਲਾ ਬਣ ਸਕਦਾ। ਇਹ ਜਿਹੜੀ ਚੀਜ਼ ਹੈ ਇਹ ਪੁਰਾਣੇ ਸਮਿਆਂ ਤੋਂ ਚੱਲ ਰਹੀ ਹੈ। ਗੁਲਾਬ ਜਿਹੜਾ ਸੀ ਅਸੀਂ ਜਦੋਂ ਪੁਰਾਣੀਆਂ ਫਿਲਮਾਂ 'ਚ ਦੇਖੀਦਾ ਜਾਂ ਸਾਡੇ ਪੁਰਾਣੇ ਬਜ਼ੁਰਗ ਦੱਸਦੇ ਨੇ ਸਾਨੂੰ ਵੀ ਜਦੋਂ ਸੁਹਾਗ ਰਾਤ ਦੀ ਸੇਜ ਸੱਜਦੀ ਹੈ ਉਦੋਂ ਉਹਦੇ ਉੱਤੇ ਗੈਂਦੇ ਦੇ ਫੁੱਲ ਕਿਉਂ ਨਹੀਂ ਪਾਉਂਦੇ, ਗੋਭੀ ਦੇ ਫੁੱਲ ਕਿਉਂ ਨਹੀਂ ਪਾਉਂਦੇ, ਹੋਰ ਕੋਈ ਫੁੱਲ ਕਿਉਂ ਨਹੀਂ ਪਾਉਂਦੇ, ਦੱਸੋ ਤੁਸੀਂ, ਦੱਸੋ ਕਿਉਂ ਨਹੀਂ ਪਾਉਂਦੇ? ਸਾਨੂੰ ਤਾਂ ਕੋਈ ਇਲਮ ਨਹੀਂ ਹੈ। ਇਹਦੇ ਵਿੱਚ ਇੱਕ ਬਹੁਤ ਵੱਡਾ ਸਾਇੰਟੀਫਿਕਲੀ ਰੀਜ਼ਨ ਹੈਗਾ, ਬੇਸ਼ੱਕ ਮੇਰੀ ਗੱਲ ਜਿਹੜੀ ਮੈਂ ਕਹਿੰਦਾ ਪਿਆ ਕ੍ਰੋਸ ਚੈੱਕ ਕਰ ਲਿਓ, ਜਿਹੜਾ ਜਦੋਂ ਆਪਾਂ ਗੁਲਾਬ ਦਾ ਫੁੱਲ ਨੂੰ ਸੁੰਘਦੇ ਹਾਂ ਨਾ, ਜਦੋਂ ਇਹਦੀ ਫਰੈਗਰੈਂਸ ਸਾਡੇ ਅੰਦਰ ਜਾਂਦੀ ਹੈ ਅਤੇ ਸਾਡੇ ਅੰਦਰ ਹੈਪੀ ਹਾਰਮੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਇਹ ਸਾਡੇ ਜਿਹੜੇ ਸਟ੍ਰੈਸ ਹਾਰਮੋਨ ਨੇ ਜਿਹੜੇ ਅੰਦਰ ਸਾਨੂੰ ਸਟ੍ਰੈਸ ਪੈਦਾ ਕਰਦੇ ਨੇ, ਐਂਗਜ਼ਾਇਟੀ ਪੈਦਾ ਕਰਦੇ ਨੇ, ਉਹ ਜਿਹੜੇ ਹਾਰਮੋਨ ਨੇ ਉਹਨਾਂ ਨੂੰ ਘਟਾਉਂਦਾ, ਅਤੇ ਜਿਹੜੇ ਖੁਸ਼ੀ ਵਾਲੇ ਹਾਰਮੋਨ ਨੇ ਜਿਨ੍ਹਾਂ ਨੇ ਸਾਨੂੰ ਖੁਸ਼ੀ ਦੇਣੀ ਹੈ, ਜਿਨ੍ਹਾਂ ਨੇ ਸਾਡੀ ਮੈਰਿਡ ਲਾਈਫ ਨੂੰ ਅੱਗੇ ਵਧਾਉਣਾ, ਸਾਡੇ ਸੰਸਾਰ ਨੂੰ ਅੱਗੇ ਵਧਾਉਣਾ, ਸਾਡੇ ਪਾਰਟਨਰ ਨੂੰ ਖੁਸ਼ ਕਰਨਾ, ਸਾਨੂੰ ਖੁਸ਼ ਕਰਨਾ, ਸਾਡੀ ਵਿਆਹਤਾ ਜ਼ਿੰਦਗੀ ਨੂੰ ਰੰਗੀਨ ਬਣਾਉਣਾ, ਕਲਰਫੁੱਲ ਬਣਾਉਣਾ, ਗੁਲਾਬੀ ਬਣਾਉਣਾ,
ਗੁਲਾਬੀ ਰੰਗ ਕਿਉਂ ਕਹਿੰਦੇ ਵੀ ਬਹੁਤ ਵਧੀਆ ਰੰਗ ਹੈ, ਹਰ ਬੰਦਾ ਗੁਲਾਬੀ ਰੰਗ ਨੂੰ ਲਾਈਕ ਕਿਉਂ ਕਰਦਾ, ਕਿਉਂਕਿ ਇਹ ਹੈਪੀ ਹਾਰਮੋਨ ਬਣਾਉਂਦਾ। ਅੱਛਾ, ਤੁਹਾਡੇ ਕੋਲ ਇੱਕ ਭਾਈ ਸਾਹਿਬ ਬੈਠੇ ਸੀ, ਚਲੋ ਅਸੀਂ ਨਾਮ ਤਾਂ ਉਹਨਾਂ ਦਾ ਡਿਸਪਲੇ ਜਾਂ ਨਾਮ ਤਾਂ ਉਜਾਗਰ ਨਹੀਂ ਕਹਾਂਗੇ, ਤੁਸੀਂ ਕਹਿ ਰਹੇ ਸੀ ਕਿ ਜਿਹੜੀ ਸਾਰੀ ਤੁਹਾਡੀ ਕਮਜ਼ੋਰੀ ਦੀ ਜੜ ਤੁਹਾਡੇ ਪੇਟ ਤੋਂ ਲੱਗੀ ਹੋਈ ਹੈ, ਉਹ ਕਿਵੇਂ ਲੱਗੀ ਹੋਈ ਹੈ? ਫਿਰ ਤੁਸੀਂ ਉਹਨਾਂ ਨੂੰ ਗੁਲਾਬ ਵਾਲਾ ਨੁਸਖਾ ਦੱਸਿਆ ਸੀ। ਦੇਖੋ, ਇੱਕ ਪਰਸਨ ਦਾ ਜਿਹੜੀ ਕਮਜ਼ੋਰੀ ਆਉਂਦੀ ਹੈ, ਜਿਹਨੂੰ ਅਸੀਂ ਕਹਿ ਦਈਦਾ ਵੀ ਆਪਣੇ ਪਾਰਟਨਰ ਮੋਰੇ ਸ਼ਰਮਿੰਦੇ ਕਰਨ ਵਾਲੀ ਪ੍ਰੋਬਲਮ, ਵੀ ਜਦੋਂ ਅਸੀਂ ਰੋਜ਼ ਰਾਤ ਨੂੰ ਸੌਣ ਵੇਲੇ ਐਂਬੈਰਸ ਹੁੰਦੇ ਹਾਂ ਆਪਣੇ ਪਾਰਟਨਰ ਤੋਂ, ਜਿੰਨੇ ਵੀ ਇੱਦਾਂ ਦੇ ਰੋਗ ਨੇ ਜਿਹੜੇ ਘਰੇਲੂ ਗ੍ਰਸਤ ਕਮਜ਼ੋਰੀ ਵਾਲੇ ਕਹਿ ਲਓ, ਇਹ ਸ਼ੁਰੂ ਹੀ ਪੇਟ ਤੋਂ ਹੁੰਦੇ ਨੇ ਜੀ। ਜਦੋਂ ਤੁਹਾਡਾ ਪੇਟ ਅਪਸੈਟ ਰਹਿਣਾ ਸ਼ੁਰੂ ਹੋ ਗਿਆ, ਮੰਨ ਲਓ ਤੁਸੀਂ ਕੁਛ ਵੀ ਖਾਂਦੇ ਪੀਂਦੇ ਹੋ, ਤੁਹਾਨੂੰ ਉਸੇ ਟਾਈਮ ਟੋਇਲਟ ਜਾਣਾ ਪੈ ਗਿਆ, ਤੁਹਾਡਾ ਪੇਟ ਲੋੜ ਤੋਂ ਵੱਧ ਹਾਰਡ ਰਹਿਣਾ ਸ਼ੁਰੂ ਹੋ ਗਿਆ, ਬਿਲਕੁਲ ਪੱਥਰ ਵਰਗਾ ਰਹਿਣਾ ਸ਼ੁਰੂ ਹੋ ਗਿਆ, ਜਦੋਂ ਤੁਸੀਂ ਪੇਟ ਨੂੰ ਇੱਦਾਂ ਹੱਥ ਲਾਉਂਦੇ ਹੋ, ਪੇਟ ਆਰਾਮ ਨਾਲ ਅੰਦਰ ਨਹੀਂ ਜਾਂਦਾ ਪਿਆ, ਇਹ ਮਤਲਬ ਉਂਗਲੀ ਨਹੀਂ ਵੱਜਦੀ, ਹਾਂ ਉਂਗਲੀ ਨਹੀਂ ਵੱਜਦੀ, ਇਹ ਮੈਂ ਹੱਥ ਲਾਇਆ ਇਹ ਆ ਗਿਆ ਅੰਦਰ, ਇਹ ਆ ਗਿਆ, ਕਿੱਦਾਂ ਹੁੰਦਾ? ਇਹਦੇ ਅੰਦਰ ਜੀ ਗੈਸ ਭਰੀ ਹੋਏਗੀ, ਇਹਦੇ ਅੰਦਰ ਜੀ ਐਸਿਡ ਭਰਿਆ ਹੋਏਗਾ, ਕਿੱਦਾਂ ਚਲੇ ਜਾਏਗਾ? ਇਹ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਕਿਸੇ ਟਾਈਮ ਵੀ, ਜੇ ਤੁਹਾਡਾ ਪੇਟ ਸੌਫਟ ਰਹਿੰਦਾ ਦੈਨ ਯੂ ਆਰ ਓਕੇ, ਤੁਸੀਂ ਠੀਕ ਹੋ। ਜੇ ਤੁਹਾਡਾ ਪੇਟ ਬਿਲਕੁਲ ਸਮਝ ਲਓ ਵੀ ਲੱਕੜ ਵਰਗਾ ਜਾਂ ਲੋਹੇ ਵਰਗਾ ਹੋਇਆ ਪਿਆ, ਵੀ ਹੱਥ ਲਾਉਂਦੇ ਤਾਂ ਉਹ ਹੱਥ ਨਾ ਲਾਏ ਮੈਨੂੰ ਉਸ ਹਿਸਾਬੇ, ਤਾਂ ਫਿਰ ਸਮਝੋ ਵੀ ਤੁਹਾਨੂੰ ਕਮਜ਼ੋਰੀ ਦੀ ਕਿਤੇ ਨਾ ਕਿਤੇ ਸਟਾਰਟਿੰਗ ਹੋ ਗਈ ਹੈ, ਤੁਹਾਡੇ ਅੰਦਰ ਐਸਿਡ ਦੀ ਜਿਹੜੀ ਮਕਦਾਦ ਹੈ ਉਹ ਲੋੜ ਤੋਂ ਵੱਧ ਗਈ ਹੈ। ਉਹਦੇ ਨਾਲ ਕੀ ਹੋਊਗਾ ਜੀ? ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ ਤੁਹਾਨੂੰ ਜਵਾਬ ਹੋ ਜਾਏਗਾ। ਕਿਸ ਚੀਜ਼ ਦਾ ਜਵਾਬ ਹੋ ਜਾਏਗਾ? ਤੁਹਾਡੀ ਵਾਈਫ ਵੱਲੋਂ, ਤੁਹਾਡੀ ਪਾਰਟਨਰ ਵੱਲੋਂ, ਤੁਹਾਡੀ ਫੀਮੇਲ ਫਰੈਂਡ ਵੱਲੋਂ, ਵੀ ਜੋ ਪਹਿਲਾਂ ਸੀ ਗੱਲਬਾਤ ਉਹ ਹੁਣ ਨਹੀਂ ਰਹੀ, ਹੁਣ ਤੇਰੀਆਂ ਸਾਰਾ ਮੁੱਛਾਂ ਇੰਨੀਆਂ ਉੱਚੀਆਂ ਨਹੀਂ ਰਹਿ ਗਈਆਂ, ਹੁਣ ਥੱਲੇ ਹੋ ਗਈਆਂ, ਅਤੇ ਇਹਦਾ ਕੋਈ ਕਾਰ ਹੱਲ? ਫਿਰ ਤੁਸੀਂ ਕਿਸੇ ਅਖੌਤੀ ਵੈਦ ਨੂੰ ਲੱਭੋਗੇ, ਕਿਸੇ ਨੂੰ ਕੋਈ ਚਿੱਠੀ ਪਾਓਗੇ, ਕਿਸੇ ਨੂੰ ਕੋਈ ਵਟਸਐਪ ਕਰੋਗੇ। ਸੋ ਇਹ ਨੌਬਤ ਨਾ ਆਏ, ਉਹਦੇ ਲਈ ਆਪਾਂ ਅੱਜ ਗੁਲਾਬੀ ਗੈਂਗ ਲੈ ਕੇ ਆਏ ਹਾਂ ਤੁਹਾਡੇ ਲਈ। ਇਹਦਾ ਜਿਹੜਾ ਸਿਸਟਮ ਹੈ, ਜਿੱਦਾਂ ਤੁਸੀਂ ਕਿਹਾ ਵੀ ਇਹ ਡਾਈਜੈਸ਼ਨ ਤੋਂ ਹੀ ਸ਼ੁਰੂ ਹੁੰਦਾ, ਤੁਹਾਡੀ ਡਾਈਜੈਸ਼ਨ ਵੀਕ ਹੈ, ਇਟ ਮੀਨਜ਼ ਤੁਹਾਡਾ ਜਿਹੜਾ ਕੰਮ, ਤੁਹਾਡੀ ਜਿਹੜੀ ਗੱਡੀ ਹੈ ਉਹ ਰੋਂਗ ਟਰੈਕ ਦੇ ਉੱਤੇ ਤੁਰ ਪਈ ਹੈ, ਅਤੇ ਤੁਹਾਨੂੰ ਕਿਸੇ ਚੰਗੇ ਨੁਸਖੇ ਦੀ, ਤੁਹਾਨੂੰ ਕਿਸੇ ਚੰਗੇ ਵੈਦ ਦੀ, ਤੁਹਾਨੂੰ ਕਿਸੇ ਚੰਗੇ ਡਾਕਟਰ ਦੀ ਸਲਾਹ ਦੀ ਲੋੜ ਪੈ ਗਈ ਹੈ, ਅਤੇ ਇਹਨੂੰ ਖਰਾਬ ਹੋਣ ਤੋਂ ਪਹਿਲਾਂ ਸਾਂਭ ਲਓ ਮੇਰੇ ਵੀਰੋ। ਅਤੇ ਫਿਰ ਇਹ ਨੁਸਖਾ ਕੀ ਰੱਖਿਆ ਜੀ ਤੁਸੀਂ ਇੱਥੇ? ਗੁਲਾਬ ਦੀਆਂ ਪੰਖੜੀਆਂ ਰੱਖੀਆਂ ਨੇ, ਇਹ ਲੂਣ ਹੈ ਜੀ ਕੀ ਹੈ, ਅਤੇ ਆਹ ਸ਼ਹਿਦ ਹੋ ਗਿਆ ਜੀ, ਅਤੇ ਇਹ ਕੀ ਚੀਜ਼ ਰੱਖੀ ਹੈ ਜੀ ਤੁਸੀਂ ਮੰਗਾ ਕੇ? ਦੇਖੋ ਜੀ, ਇਹ ਬੰਬ ਨੇ, ਬੰਬ ਜਿਹਨੂੰ ਆਪਾਂ ਕਹਿੰਦੇ ਨਾ ਵੀ ਮਿਜ਼ਾਈਲਾਂ ਨੇ, ਮਿਜ਼ਾਈਲਾਂ ਇਹ, ਇਹ ਜਦੋਂ ਆਪਸ 'ਚ ਮਿਲ ਜਾਂਦਾ ਸਾਰਾ ਕੁਛ, ਅਤੇ ਇਹਨੂੰ ਆਪਾਂ ਕਹਿ ਦਿੰਦੇ ਹਾਂ ਗੁਲਾਬੀ ਗੈਂਗ। ਹੁਣ ਮੈਂ ਤੁਹਾਨੂੰ ਸਮਝਾਉਣ ਲਈ ਥੋੜ੍ਹਾ ਸ਼ਿਕਾਰ ਕਰਦਾ ਕਮਜ਼ੋਰੀ ਦਾ? ਬਿਲਕੁਲ ਜੀ ਬਿਲਕੁਲ, ਸ਼ਿਕਾਰ ਇੱਦਾਂ ਕਰਦਾ ਲੱਭ ਲੱਭ ਕੇ, ਵੀ ਕੋਈ ਜਿਹੜਾ ਨੁੱਕਰ ਨੱਕਰ 'ਚ ਫਸਿਆ ਫਸਿਆ ਹੁੰਦਾ ਉਹ ਵੀ ਕੱਢ ਕੇ ਮਾਰਦੇ ਨੇ। ਇਹ ਜਿਹੜੀ ਚੀਜ਼ਾਂ ਨੇ ਨਾ, ਇਹ ਬੜੀਆਂ ਕੀਮਤੀ ਚੀਜ਼ਾਂ ਨੇ, ਬਟ ਅਸੀਂ ਹੌਲੀ ਹੌਲੀ ਆਪਣੀ ਨੇਚਰ ਤੋਂ ਟੁੱਟੀ ਜਾਂਦੇ ਹਾਂ, ਕੈਮੀਕਲ ਵਾਲੇ ਪਾਸੇ ਜਾਈ ਜਾਂਦੇ ਹਾਂ। ਹੁਣ ਮੈਂ ਇੱਕ ਚੀਜ਼ ਦਾ ਨਾਮ ਨਹੀਂ ਲੈਣਾ ਜਿਹਦੇ ਕਰਕੇ ਮੈਂ ਫੇਮਸ ਹੋਇਆ ਜ਼ਿਆਦਾ, ਉਹਨੂੰ ਕੀ ਕਹਿੰਦੇ ਸੀ, ਕੋਈ ਗੋਲੀ ਸੀ ਅੰਗਰੇਜ਼ੀ ਵਾਲੀ, ਅਤੇ ਉਹਦੇ ਕਰਕੇ ਆਪਾਂ ਕਹਿੰਦੇ ਸੀ ਪਾਰਟ ਫਲਾਣਾ, ਪਾਰਟ ਫਲਾਣਾ, ਲੋਕ ਕਹਿਣ ਲੱਗ ਪਏ ਯਾਰ ਤੁਸੀਂ ਤਾਂ ਉਹਦਾ ਮਸ਼ਹੂਰੀ ਕਰਨੀ ਸ਼ੁਰੂ ਕਰਤੀ, ਤਾਂ ਅਸੀਂ ਉਹਦਾ ਨਾਂ ਨਹੀਂ ਲੈਣਾ ਅੱਜ ਦੀ ਵੀਡੀਓ ਦੇ ਵਿੱਚ। ਬਟ ਤੁਸੀਂ ਸਮਝ ਜਾਓ ਥੱਲੇ ਕਮੈਂਟਾਂ 'ਚ ਲਿਖਦੇ ਹੋ ਵੀ ਕੀ ਨਾਂ ਦੀ ਕਿਹੜੀ ਜ਼ਿਕਰ ਕਰ ਰਿਹਾ ਮੈਂ। ਤੁਸੀਂ ਇਹਨੂੰ ਨੂਣ ਕਹਿੰਦੇ ਪਏ ਹੋ, ਫਰੁੱਕੀ ਸਾਹਿਬ ਮੇਰੀ ਨਜ਼ਰਾਂ ਦੇ ਵਿੱਚ ਹੈਗੀ ਮਿਸ਼ਰੀ, ਜਿਹਨੂੰ ਅਸੀਂ ਕਹਿੰਦੇ ਹਾਂ ਧਾਗੇ ਵਾਲੀ ਮਿਸ਼ਰੀ, ਠੀਕ ਹੈ। ਆਪਾਂ ਇਹਦੇ ਵਿੱਚ ਜਿਹੜਾ ਨੁਸਖਾ ਬਣਾਉਣਾ, ਉਹਦੇ 'ਚ ਦੇਸੀ ਫੁੱਲ ਲੈਣੇ ਨੇ, ਦੇਸੀ ਫੁੱਲ ਜਿਹੜੇ ਕਿ ਦੇਖਣ ਨੂੰ ਐਡੇ ਪਿਆਰੇ ਨਹੀਂ ਲੱਗਦੇ, ਪਰ ਜਿਹੜੇ ਇਹਨਾਂ ਦੇ ਗੁਣ ਨੇ, ਜਿਹੜੇ ਫੁੱਲ ਦੇ ਵਿੱਚੋਂ ਖੁਸ਼ਬੂ ਵਧੀਆ ਆਉਂਦੀ ਹੋਏਗੀ, ਆਪਾਂ ਉਹ ਫੁੱਲ ਲੈਣਾ। ਮੋਟੀ ਜਿਹੀ ਨਿਸ਼ਾਨੀ ਦੱਸਤੀ ਵੀਰਾਂ ਨੂੰ, ਇਹਦਾ ਜਿਹੜਾ ਨੁਸਖਾ ਬਣਾਉਣਾ ਹੈ, ਇਹਨਾਂ ਫੁੱਲਾਂ ਦਾ
ਗੁਲਾਬੀ ਗੈਂਗ ਜਿਹੜਾ ਬਣਾਉਣਾ, ਜਿਹੜਾ ਕਿ ਤੁਹਾਡੇ ਅੰਦਰੋਂ ਕਮਜ਼ੋਰੀ ਨੂੰ ਬਿਲਕੁਲ ਬੰਦ ਕਰ ਦੇਗਾ, ਖਤਮ ਕਰ ਦੇਗਾ ਕਮਜ਼ੋਰੀ ਤੁਹਾਡੀ। ਦੇਖੋ ਜੀ, ਫਾਰਮੂਲਾ ਮੇਰੇ ਕੋਲ ਸਮਝ ਲਓ ਕਿੱਦਾਂ ਬਣਨਾ, ਬਹੁਤ ਈਜ਼ੀ ਹੈ, ਹਰ ਇੱਕ ਬੰਦਾ ਧਿਆਨ ਨਾਲ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਦੇਖੇ। ਅਤੇ ਇੱਕ ਤੁਹਾਨੂੰ ਫਾਰਮੂਲਾ ਦੱਸਣ ਤੋਂ ਪਹਿਲਾਂ ਗੱਲ ਜ਼ਰੂਰ ਦੱਸਾਂਗਾ ਵੀ ਜਿਹੜੀ ਵੀ ਇਹ ਫਾਰਮੂਲੇ ਅਸੀਂ ਬਣਾਉਂਦੇ ਹਾਂ ਇਹ ਐਜੂਕੇਸ਼ਨਲ ਪਰਪਸ ਲਈ ਬਣਾਉਂਦੇ ਹਾਂ, ਇਹਨੂੰ ਆਪਣੇ ਐਕਸਪਰਟ ਦੀ, ਆਪਣੇ ਕਿਸੇ ਸੀਨੀਅਰ ਵੈਦ ਦੀ ਜਾਂ ਕਿਸੇ ਡਾਕਟਰ ਦੀ ਨਿਗਰਾਨੀ ਦੇ ਵਿੱਚ ਯੂਜ਼ ਕਰਨਾ। ਸਾਡਾ ਸਿਰਫ ਇੱਕ ਮਕਸਦ ਹੈ ਐਜੂਕੇਸ਼ਨਲ ਪਰਪਸ ਦੇ, ਤੁਹਾਡੇ ਅੰਦਰ ਇੱਕ ਅਵੇਅਰਨੈਸ ਬਿਲਟਅਪ ਕਰਨੀ। ਸੋ ਆਪਾਂ ਆਪਣੇ ਫਾਰਮੂਲੇ ਦੇ ਉੱਤੇ ਆ ਜਾਂਦੇ ਹਾਂ। ਜਿਹੜੇ ਇਹ ਫੁੱਲ ਨੇ ਇਹਨਾਂ ਦੇ ਅੰਦਰ ਆਪਣੀ ਫਰੂਕੀ ਸਾਹਿਬ ਨਵੀਂ ਹੁੰਦੀ ਹੈ, ਇਹਨਾਂ ਦੇ ਵਿੱਚ ਆਪਣਾ ਪਾਣੀ ਹੁੰਦਾ। ਜਦੋਂ ਇਹ ਪਾਣੀ ਤੁਸੀਂ ਕਿਸੇ ਵੀ ਚੀਜ਼ ਨਾਲ ਇਹਨੂੰ ਮਿਕਸ ਅਪ ਕਰੋਗੇ, ਤੁਸੀਂ ਮਿਸ਼ਰੀ ਨੂੰ ਪਹਿਲਾਂ ਚੰਗੀ ਤਰ੍ਹਾਂ ਕਰਸ਼ ਕਰ ਲੈਣਾ, ਭੋਰ ਲੈਣਾ, ਜਿਵੇਂ ਹੀ ਜਿੱਦਾਂ ਖੰਡ ਵਰਗੀ ਬਣਦੀ ਹੈ ਉੱਦਾਂ ਦੀ ਖੰਡ ਵਰਗੀ ਬਣ ਜਾਏਗੀ। ਜਦੋਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਅਪ ਕਰੋਗੇ, ਜਿਹੜੇ ਫੁੱਲ ਨੇ ਉਹਨਾਂ ਨੇ ਆਪਣਾ ਪਾਣੀ ਛੱਡਣਾ, ਪਾਣੀ ਛੱਡ ਕੇ ਚਟਨੀ ਟਾਈਪ ਚੀਜ਼ ਬਣ ਜਾਏਗੀ। ਚਟਨੀ ਟਾਈਪ ਜਿਹੜੀ ਚੀਜ਼ ਬਣੇਗੀ ਉਹਨੂੰ ਆਪਾਂ ਕਿੱਦਾਂ ਯੂਜ਼ ਕਰਨਾ, ਉਹਦੇ ਵਿੱਚ ਆਪਾਂ ਅਡੀਸ਼ਨਲ ਚੀਜ਼ ਹੈ, ਇਹ ਬਾਜ਼ਾਰੋਂ ਮਿਲ ਜਾਂਦੀ ਹੈ, ਪਰਿਵਾਰ ਪਿਸ਼ਟੀ ਇਹਨੂੰ ਕਹਿੰਦੇ ਨੇ, ਆਪ ਦਵਾਈ ਦਾ ਨਾਮ ਹੈ। ਤੁਸੀਂ ਇਹਨੂੰ ਜੇ ਕਹਿੰਦੇ ਨਾ ਵੀ ਬੜੀ ਅੱਤ ਦੀ ਚੀਜ਼ ਬਣਾਉਣੀ ਹੈ ਅਤੇ ਕਿਫਾਇਤੀ ਵੀ ਬਣਾਉਣੀ ਹੈ, ਜਿਹੜੀ ਆਪਣੀ ਕਮਜ਼ੋਰੀ ਦੇ ਵੱਟ ਕੱਢ ਦੇ, ਅਤੇ ਇਹ ਚੀਜ਼ ਵਿੱਚ ਐਡ ਕਰ ਲੈਣੀ ਹੈ। ਇਹ ਜਿਹੜੀ ਹੈਗੀ ਹੈ ਇਹਦੀ ਕੁਆਂਟਿਟੀ ਤੁਹਾਨੂੰ ਦੱਸ ਲਵਾਂਗਾ, 5 mg, 5 ਗ੍ਰਾਮ ਜਿਹੜੀ ਹੈ ਇਹਦੀ ਕੁਆਂਟਿਟੀ ਲੈ ਲੈਣੀ ਹੈ। 5 ਗ੍ਰਾਮ ਇੱਕ ਫਾਰਮੂਲੇ ਦੇ ਵਿੱਚ ਪੂਰੀ ਆ ਜਾਏਗੀ ਤੁਹਾਡੀ। ਨਾਲ ਇਹਦੇ ਵਿੱਚ ਤੁਸੀਂ ਜਿਹੜੀ ਮੋਤੀ ਪਿਸ਼ਟੀ ਉਹ ਵੀ ਐਡ ਕਰ ਸਕਦੇ ਹੋ। ਜੇ ਤਿੰਨੇ ਚੀਜ਼ਾਂ ਨੂੰ ਤੁਸੀਂ ਕੰਬਾਈਨ ਕਰ ਲਓਗੇ ਤੇ ਇਹਦੇ ਵਿੱਚ ਤੁਸੀਂ ਐਡੀਸ਼ਨਲ, ਜੇ ਤੁਹਾਨੂੰ ਡਾਇਬੀਟੀਜ਼ ਦਾ ਰੋਗ ਨਹੀਂ ਹੈਗਾ ਤੇ ਤੁਸੀਂ ਥੋੜ੍ਹਾ ਜਿਹਾ ਅੱਧਾ ਚਮਚਾ ਇਹਦੇ ਵਿੱਚ ਤੁਸੀਂ ਸ਼ਹਿਦ ਵੀ ਐਡ ਕਰ ਸਕਦੇ ਹੋ। ਜੇ ਸਾਰੀਆਂ ਚੀਜ਼ਾਂ ਨੂੰ ਆਪਾਂ ਕੰਬਾਈਨ ਕਰ ਲਈਏ ਤੇ ਇਹਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਬਣਦਾ, ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ ਵੀ ਅੱਤ ਦਾ ਕੰਬੀਨੇਸ਼ਨ ਬਣਦਾ। ਇਹ ਹੁਣ ਕਰੇਗਾ ਕਿ ਅਸੀਂ ਜਿਹੜਾ, ਇੱਕ ਵਾਰ ਫਿਰ ਤੋਂ ਮੈਂ ਰਿਪੀਟ ਕਰਨਾ ਚਾਹਾਂਗਾ, ਅਸੀਂ ਗੁਲਾਬ ਦੇ ਫੁੱਲ ਲੈ ਲਏ, ਗੁਲਾਬ ਦੇ ਫੁੱਲ ਲੈ ਕੇ ਮਿਸ਼ਰੀ ਨੂੰ ਅਸੀਂ ਕਰਸ਼ ਕਰ ਲਿਆ, ਮਿਕਸੀ ਦੇ ਵਿੱਚ ਰਗੜ ਲਿਆ, ਉਸ ਤੋਂ ਬਾਅਦ ਇਹਨਾਂ ਨੂੰ ਮਿਕਸ ਕਰ ਲਿਆ ਗੁਲਾਬ ਦੇ ਫੁੱਲ ਅਤੇ ਮਿਸ਼ਰੀ ਨੂੰ, ਅਤੇ ਇਸ ਤੋਂ ਬਾਅਦ ਫਿਰ ਅਸੀਂ ਇਹਨੂੰ ਤਵੇ 'ਤੇ ਗਰਮ ਕਰਨਾ ਜੀ। ਜੀ ਬਿਲਕੁਲ, ਇਹਨੂੰ ਆਪਾਂ ਬਿਲਕੁਲ ਲਾਈਟ ਜਿਹੜੀ ਹੁੰਦੀ ਹੈ, ਜ਼ਿਆਦਾ ਲਾਈਟ ਫਲੇਮ ਦੇ ਉੱਤੇ ਇਹਨੂੰ ਤਵੇ ਦੇ ਉੱਤੇ ਗਰਮ ਕਰਨਾ। ਤਵੇ ਦੇ ਉੱਤੇ ਜਦੋਂ ਆਪਾਂ ਗਰਮ ਕਰਾਂਗੇ ਇਹਦੇ ਅੰਦਰੋਂ ਹੋਰ ਜ਼ਿਆਦਾ ਜਿਹੜਾ ਇੱਕ ਸੈਂਸ ਨਿਕਲਦਾ ਫੁੱਲਾਂ ਦੇ ਵਿੱਚੋਂ, ਜਿਹਨੂੰ ਆਪਾਂ ਪੰਜਾਬੀ 'ਚ ਇੱਕ ਪੈਸਾ ਕਹਿ ਸਕਦੇ ਵੀ ਪਾਣੀ ਨਿਕਲਦਾ, ਉਹ ਜਿਹੜਾ ਪਾਣੀ ਹੈ ਉਹਦੇ ਵਿੱਚੋਂ ਜਿਹੜਾ ਪ੍ਰੋਪਰ ਉਹਦਾ ਰਸ ਹੁੰਦਾ ਉਹ ਰਸ ਨਿਕਲੇਗਾ। ਜਦੋਂ ਰਸ ਨਿਕਲੇਗਾ ਰਸ ਪਿੰਨਾ ਜਿਹਾ ਹੋ ਜਾਏਗਾ, ਤਰੀ ਵਰਗੀ ਚੀਜ਼ ਬਣ ਜਾਏਗੀ, ਬਿਲਕੁਲ ਪਤਲੀ ਹੋ ਜਾਏਗੀ ਚੀਜ਼, ਉਦੋਂ ਉਹਦੇ ਵਿੱਚ ਆਹ ਜਿਹੜੀ ਚੀਜ਼ ਹੈ ਤੁਸੀਂ ਐਡੀਸ਼ਨਲ ਐਡ ਕਰ ਸਕਦੇ ਹੋ ਠੰਡੀ ਹੋਣ 'ਤੇ। ਹਾਂ, ਠੰਡੀ ਹੋਣ 'ਤੇ ਜਦੋਂ ਤੁਸੀਂ ਐਡ ਕਰੋਗੇ ਇਹ ਇੱਕ ਬਹੁਤ ਵਧੀਆ ਟੋਨਿਕ ਬਣੇਗਾ ਜਿਹੜਾ ਕਿ ਕਮਜ਼ੋਰੀ ਨੂੰ ਬਿਲਕੁਲ ਜੜ੍ਹ ਤੋਂ ਖਤਮ ਕਰਨ ਦੀ ਸਮਰੱਥਾ ਰੱਖੇਗਾ। ਕਿੰਨੇ ਦਿਨਾਂ 'ਚ? ਵੱਧ ਤੋਂ ਵੱਧ ਜਦੋਂ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ ਤੁਸੀਂ ਇਹਨੂੰ 3 ਹਫ਼ਤੇ ਲਗਾਤਾਰ ਯੂਜ਼ ਕਰ ਸਕਦੇ ਹੋ, ਪਰ 3 ਹਫ਼ਤਿਆਂ ਤੋਂ ਬਾਅਦ ਆਪਾਂ ਨੂੰ 1 ਹਫ਼ਤੇ ਦੀ ਵਿੱਚ ਬ੍ਰੇਕ ਲੈਣ ਦੀ ਜ਼ਰੂਰ ਲੋੜ ਹੈਗੀ ਹੈ। ਜੇ ਤੁਹਾਨੂੰ ਲੱਗੇਗਾ ਵੀ ਰਿਕੁਆਇਰਮੈਂਟ ਹੈਗੀ ਹੈ ਵੀ ਜਿੰਨੀ ਤੁਸੀਂ ਚੀਜ਼ ਚਾਹੁੰਦੇ ਸੀ, ਜੋ ਤੁਸੀਂ ਲੈਵਲ ਅਚੀਵ ਕਰਨਾ ਚਾਹੁੰਦੇ ਸੀ ਉਹ ਨਹੀਂ ਅਚੀਵ ਹੋਇਆ, ਤੁਸੀਂ ਇਹਨੂੰ 1 ਹਫ਼ਤਾ ਬ੍ਰੇਕ ਲੈ ਕੇ ਦੁਬਾਰਾ ਫਿਰ 3 ਹਫ਼ਤਿਆਂ ਲਈ ਯੂਜ਼ ਕਰ ਸਕਦੇ ਹੋ। ਇੱਕ ਚੀਜ਼ ਮੈਂ ਆਪ ਤਿਆਰ ਕਰਕੇ ਰੱਖੀ ਸੀ, ਸਿਰਫ ਇੱਕ ਟਾਈਮ ਬਚਾਉਣ ਕਰਕੇ, ਆਪਾਂ ਤੁਹਾਨੂੰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ, ਤੁਹਾਨੂੰ ਲਾਈਵ ਇਹ ਚੀਜ਼ ਬਣਾ ਕੇ ਨਹੀਂ ਦੱਸੀ, ਪਰ ਉੱਦਾਂ ਤੁਹਾਨੂੰ ਦੱਸਤਾ ਕੁਛ ਇੱਦਾਂ ਦੀ ਚੀਜ਼, ਕੁਛ ਇੱਦਾਂ ਦੀ ਚੀਜ਼ ਬਣ ਕੇ ਰੈਡੀ ਹੋਏਗੀ ਤੁਹਾਡੇ ਕੋਲ, ਇੱਕ ਤਰ੍ਹਾਂ ਦੀ ਗੁਲਕੰਦ ਹੋਊਗੀ ਜੀ ਫਿਰ। ਹਾਂਜੀ ਹਾਂਜੀ, ਗੁਲਕੰਦ ਵਰਗੀ ਚੀਜ਼ ਬਣ ਜਾਂਦੀ ਹੈ, ਬਟ ਗੁਲਕੰਦ ਦੇ ਵਿੱਚ ਸੌਂਫ ਪੈਂਦੀ ਹੈ, ਕਈ ਕੁਛ ਪੈਂਦਾ, ਉਹ ਚੀਜ਼ਾਂ ਨਹੀਂ ਪਾਣੀਆਂ। ਓਕੇ, ਮੈਂ ਤੁਹਾਨੂੰ ਤਾਂ ਹੀ ਇਹ ਕਿਹਾ ਸੀਗਾ ਵੀ ਇਹ ਗੁਲਾਬੀ ਗੈਂਗ ਹੈ, ਗੁਲਕੰਦ ਅਤੇ ਇਹ ਚੀਜ਼ ਦੋਨੋਂ ਚੀਜ਼ਾਂ ਇੰਟਾਇਰਲੀ ਡਿਫਰੈਂਟ ਨੇ, ਕਿਉਂਕਿ ਇਹਨੇ ਤੁਹਾਡੀ ਕਮਜ਼ੋਰੀ ਵਾਲੀ ਸਮੱਸਿਆ ਨੂੰ
ਜੜ੍ਹ ਤੋਂ ਖਤਮ ਕਰਨਾ ਫਰੂਕੀ ਸਾਹਿਬ, ਜਿਹਨਾਂ ਦੇ ਅੰਦਰ ਗਰਮੀ ਪੈਦਾ ਹੋਈ ਹੋਈ ਹੈ। ਜਿੱਦਾਂ ਚੰਗਿਆੜੀ ਫਲ ਨੇ ਚੰਗਿਆੜੀਆਂ ਕੱਢੀਆਂ ਸੀ ਨਾ ਵੀਰਾਂ ਨੇ, ਤੁਹਾਨੂੰ ਬਹੁਤ ਸਾਰੇ ਅੱਛੇ ਕਮੈਂਟ ਕੀਤੇ, ਤੁਹਾਨੂੰ ਤਾਰੀਫ ਕੀਤੀ, ਇੱਦਾਂ ਹੀ ਇਸ ਵੀਡੀਓ ਨੂੰ ਦੇਖਿਓ ਲੋਕਾਂ ਨੇ ਕਿੰਨਾ ਪਿਆਰ ਕਰਨਾ ਅਤੇ ਤੁਹਾਨੂੰ ਕਿੱਦਾਂ। ਅੱਜ ਤੁਹਾਨੂੰ ਇੱਕ ਆਇਆ ਨਾ ਗੁਲਾਬ ਮੇਰੇ ਵੱਲੋਂ ਐਪਰੀਸੀਏਸ਼ਨ ਲਈ, ਉਹਨਾਂ ਦਾ ਬਹੁਤ ਧੰਨਵਾਦ ਗੁਰਜੰਟ ਜੀ ਦਾ। ਅੱਜ ਤੁਹਾਨੂੰ ਇੱਕ ਗੁਲਾਬ ਆਇਆ, ਅਗਲੀ ਵਾਰੀ ਜਦੋਂ ਤੁਸੀਂ ਆਓਗੇ ਤਾਂ ਗੁਲਦਸਤਾ ਲੈ ਕੇ ਆਓਗੇ ਪੂਰਾ। ਜੀ ਬਹੁਤ ਬਹੁਤ ਸ਼ੁਕਰੀਆ ਵੈਦ ਜੀ ਸਾਰੀ ਗੱਲਬਾਤ ਦੇ ਲਈ ਅਤੇ ਫਾਰਮੂਲਾ ਦੱਸਣ ਵਾਸਤੇ। ਪਰ ਇੱਕ ਸਵਾਲ ਮੈਂ ਹਮੇਸ਼ਾ ਤੁਹਾਡੇ ਕੋਲੋਂ ਕਰਦਾ, ਜਿਨ੍ਹਾਂ ਨੇ ਲਗਾਤਾਰ ਤੁਹਾਡੇ ਕਹੇ ਮੁਤਾਬਕ ਗੈਪ ਪਾ ਕੇ ਵਿੱਚ ਇਹ ਨੁਸਖਾ ਫਾਰਮੂਲਾ ਗੁਲਾਬੀ ਗੈਂਗ ਵਾਲਾ ਯੂਜ਼ ਕੀਤਾ ਪਰ ਉਹਨਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ, ਫਿਰ ਉਹ ਕੀ ਕਰਨ ਜੀ? ਦੇਖੋ ਜੀ, ਇੱਦਾਂ ਹੁੰਦਾ ਹਰ ਇੱਕ ਜਿਹੜਾ ਮਰੀਜ਼ ਉਹਦੀ ਸਟੇਜ ਡਿਫਰੈਂਟ ਹੁੰਦੀ ਹੈ, ਉਹਦੀ ਬਿਮਾਰੀ ਡਿਫਰੈਂਟ ਹੁੰਦੀ ਹੈ। ਜਦੋਂ ਸਟੇਜ ਜ਼ਿਆਦਾ ਵੱਧ ਜਾਂਦੀ ਹੈ, ਸਟੇਜ 1, ਸਟੇਜ 2, ਸਟੇਜ 3, ਸਟੇਜ 4 ਹੁੰਦੀਆਂ ਨੇ, ਜਦੋਂ 3 ਜਾਂ 4 'ਤੇ ਪੇਸ਼ੈਂਟ ਸਾਡਾ ਕੋਈ ਵੀ ਪਹੁੰਚ ਜਾਂਦਾ ਤਾਂ ਉਦੋਂ ਇੱਦਾਂ ਦੇ ਫਾਰਮੂਲੇ ਇੱਦਾਂ ਦੇ ਟੁੱਟਕੇ ਨਹੀਂ ਵੀ ਅਸਰ ਕਰਦੇ। ਉਹਨਾਂ ਲਈ ਕੀ ਹੁੰਦਾ, ਉਹਨਾਂ ਲਈ ਡਾਇਗਨੋਸ ਜ਼ਰੂਰੀ ਹੈ, ਹਰ ਇੱਕ ਪੇਸ਼ੈਂਟ ਲਈ ਮੈਂ ਕਹਾਂਗਾ ਡਾਇਗਨੋਸ ਜ਼ਰੂਰੀ ਹੈ। ਮੈਂ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਛੋਟਾ ਜਿਹਾ ਇੱਕ ਆਗਾਹ ਕਰਨਾ ਚਾਹੁੰਦਾ ਵਾਂ ਕਿ ਜਿਹੜਾ ਵੀ ਡਾਕਟਰ ਜਾਂ ਜਿਹੜਾ ਵੀ ਵੈਦ ਤੁਹਾਨੂੰ ਇਹ ਗੱਲ ਕਹਿੰਦਾ ਫੋਨ 'ਤੇ ਗੱਲ ਕਰਕੇ ਵੀ ਮੈਨੂੰ ਪੈਸੇ ਪਾ ਦਿਓ ਮੈਂ ਤੁਹਾਨੂੰ ਦਵਾਈ ਤਿਆਰ ਕਰ ਦਾਂਗਾ, ਤੁਹਾਡੇ ਕੋਲ ਇੱਕ ਰਾਈਟ ਹੈਗਾ ਤੁਹਾਡਾ ਇੱਕ ਕੁਐਸਚਨ ਕਰਨ ਦਾ ਵੀ ਕੀ ਤੁਹਾਨੂੰ ਮੇਰੀ ਜਿਹੜੀ ਗੱਲਬਾਤ ਤੋਂ ਜਾਂ ਮੇਰੀ ਆਵਾਜ਼ ਤੋਂ ਕਿੱਦਾਂ ਪਤਾ ਲੱਗਾ ਵੀ ਮੇਰੀ ਤਸੀਰ ਗਰਮ ਹੈ ਜਾਂ ਠੰਡੀ ਹੈ, ਜਾਂ ਤੁਸੀਂ ਮੈਨੂੰ ਕਿੱਦਾਂ ਕੋਈ ਦਵਾਈ ਦੇ ਸਕਦੇ ਹੋ ਬਿਨਾਂ ਮੇਰੇ ਰਿਪੋਰਟਾਂ ਦੇਖੇ। ਰਿਪੋਰਟਾਂ ਦੇਖੇ ਤੋਂ ਬਗੈਰ ਤੁਹਾਡਾ ਕੋਈ ਨਹੀਂ ਭਲਾ ਕਰੇਗਾ ਮੇਰਾ ਵੀਰੋ। ਤੁਸੀਂ ਕਿਸੇ ਨੂੰ ਵੀ, ਮੇਰੇ ਕੋਲ ਵੀ ਸਲਾਹ ਲੈਣੀ ਹੈ, ਤੁਹਾਨੂੰ ਸਲਾਹ ਦੇਣ ਲਈ ਕੋਈ ਪੈਸੇ ਨਹੀਂ ਲਵਾਂਗਾ, ਤੁਸੀਂ ਸ਼ਰਤ ਇਹੀ ਹੈ ਕਿ ਮੇਰੇ ਲਈ ਸਲਾਹ ਲੈਣ ਲਈ ਜਾਂ ਕੋਈ ਨੁਸਖਾ ਪੁੱਛਣ ਲਈ ਮੈਨੂੰ ਪਹਿਲਾਂ ਆਪਣੀਆਂ ਰਿਪੋਰਟਾਂ ਜ਼ਰੂਰ ਭੇਜਣੀਆਂ। ਰਿਪੋਰਟਾਂ ਦਾ ਨਾਂ ਨੋਟ ਕਰ ਲਓ, ਇੱਕ ਮੈਨੂੰ ਯੂਰਿਨ ਟੈਸਟ ਰੂਟੀਨ ਵਾਲਾ ਚਾਹੀਦਾ, ਇੱਕ ਮੈਨੂੰ ਤੁਹਾਡਾ ਸੀਮਨ ਦਾ ਟੈਸਟ ਰੂਟੀਨ ਵਾਲਾ ਚਾਹੀਦਾ, ਇੱਕ ਤੁਹਾਡਾ ਟੈਸਟ ਸਟੋਨ ਦਾ ਟੋਟਲ ਟੈਸਟ ਚਾਹੀਦਾ। ਮੈਨੂੰ ਮਿਲਣ ਲਈ ਤੁਸੀਂ ਕਦੀ ਵੀ ਆ ਸਕਦੇ ਹੋ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮੈਂ ਹਰ ਰੋਜ਼ ਮਿਲਦਾ ਵਾਂ, ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਐਤਵਾਰ ਨੂੰ ਮੇਰੀ ਛੁੱਟੀ ਰਹਿੰਦੀ ਹੈ, ਕੋਈ ਵੀ ਮੇਰੇ ਵੀਰ ਨੇ ਮੈਨੂੰ ਕੋਈ ਸਵਾਲ ਪੁੱਛਣਾ ਨੁਸਖੇ ਬਾਬਤ ਪੁੱਛਣਾ ਮੈਨੂੰ ਪਲੀਜ਼ ਵੋਇਸ ਮੈਸੇਜ ਕਰਕੇ ਪੁੱਛੇ, ਕਿਉਂਕਿ 1 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਮੈਂ ਬਹੁਤ ਬਿਜ਼ੀ ਰਹਿੰਦਾ ਵਾਂ। 6 ਵਜੇ ਤੋਂ ਬਾਅਦ ਮੈਨੂੰ ਕੋਈ ਵੀ ਕਾਲ ਕਰਕੇ ਕਿਸੇ ਵੀ ਨੁਸਖੇ ਬਾਰੇ ਕੋਈ ਵੀ ਇਨਫੋਰਮੇਸ਼ਨ ਲੈ ਸਕਦਾ। ਜੀ ਅਤੇ ਫਿਰ ਡਾਕਟਰ ਸਾਹਿਬ ਹੁਣ ਇਹ ਦੱਸ ਦਿਓ ਵੀ ਸਾਰੀਆਂ ਚੀਜ਼ਾਂ ਤਾਂ ਹੋ ਗਈਆਂ ਅਤੇ ਆਖਿਰ ਦੇ ਵਿੱਚ ਇਹ ਖਾਣੀ ਕਿਸ ਵੇਲੇ, ਕਿਉਂਕਿ ਤੁਸੀਂ ਕਹਿੰਦੇ ਹੋ ਟਾਈਮਿੰਗ, ਕੁਆਂਟਿਟੀ ਅਤੇ ਕੁਆਲਿਟੀ, ਤਿੰਨੇ ਚੀਜ਼ਾਂ, ਇਹ ਖਾਣੀ ਕਿਸ ਵੇਲੇ? ਦੇਖੋ ਜੀ, ਤੁਸੀਂ ਇਹਨੂੰ ਜੇ ਬੈਸਟ ਰਿਜ਼ਲਟ ਲਈ ਸਵੇਰੇ ਉੱਠ ਕੇ ਨਿਰਣੇ ਕਾਲਜੇ ਜੇ ਖਾਓਗੇ, ਨਿਰਣੇ ਕਾਲਜੇ ਖਾਣ ਦਾ ਤੁਹਾਨੂੰ ਸਭ ਤੋਂ ਬੈਸਟ ਬੈਨੀਫਿਟ ਮਿਲੇਗਾ। ਇੱਕ ਤਾਂ ਤੁਹਾਨੂੰ ਤੁਹਾਡੇ ਪੇਟ ਵੱਲੋਂ ਬੈਨੀਫਿਟ ਮਿਲੇਗਾ, ਪੇਟ ਤੁਹਾਡਾ ਸਾਫ਼ ਰਹੇਗਾ, ਗੈਸ ਨਹੀਂ ਬਣੇਗੀ, ਐਸਿਡ ਨਹੀਂ ਬਣੇਗੀ। ਦੂਜੇ ਨੰਬਰ 'ਤੇ ਜਿਹੜੀ ਮੇਨ ਇਹਦਾ ਕੰਮ ਹੈ ਵੀ ਤਾਕਤ ਲਈ, ਤਾਕਤ ਇੰਨੀ ਜ਼ਿਆਦਾ ਸਰੀਰ ਦੇ ਵਿੱਚ ਆਏਗੀ, ਇੰਨੀ ਐਨਰਜੀ ਆਏਗੀ, ਤੁਸੀਂ ਆਪ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਇਹ ਸਰੀਰ ਮੇਰਾ ਹੀ ਹੈ। ਇੰਨੀ ਤਾਕਤ, ਇੰਨੀ ਐਨਰਜੀ ਤਾਂ ਮੇਰੇ ਵਿੱਚ ਪਹਿਲਾਂ ਕਦੇ ਵੀ ਨਹੀਂ ਸੀ ਆਈ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਫਾਰਮੂਲੇ ਵਾਸਤੇ ਔਰ ਇੰਨੇ ਵਧੀਆ ਜਿਹੜੇ ਅਸੀਂ ਕਹਿ ਲਈਏ ਕਿ ਗੁਲਾਬੀ ਗੈਂਗ ਵਾਲਾ ਨੁਸਖਾ ਦੇਣ ਵਾਸਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸੋ ਇਹ ਸਨ ਗੋਰਿਆਂ ਦੇ ਵੈਦ ਹਰਸ਼ਵੀਰ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਉਹਨਾਂ ਦੇ ਮੁਤਾਬਕ ਗੁਲਾਬੀ ਗੈਂਗ ਵਾਲਾ ਨੁਸਖਾ ਅਸੀਂ ਯੂਜ਼ ਕਰਦੇ ਹਾਂ ਤਾਂ ਉਹਨਾਂ ਦਾ ਜਿਹੜਾ ਫਾਇਦਾ ਹੈ ਸਰੀਰ ਨੂੰ ਕੀ ਹੋਣ ਵਾਲਾ। ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਜ਼ਰੂਰ ਇੱਕ ਵਾਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਵੀ ਛੱਡ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਸਵਾਲ, ਉਹ ਸ਼ੰਕਾ ਤੁਹਾਡਾ ਲੈ ਲਈਏ। ਅਤੇ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਨੁਸਖੇ ਬਾਬਤ ਜਾਂ ਆਪਣੀ ਪ੍ਰੋਬਲਮ ਬਾਬਤ, ਤਾਂ ਤੁਸੀਂ ਵੈਦ ਜੀ ਨੂੰ ਜਿਹੜਾ ਫੋਨ 'ਤੇ ਵੀ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ, ਧੰਨਵਾਦ।